ਕੀ ਹਾਲ ਹੈ ਬਾਈ ਤੁਹਾਡੇ ਸਾਰਿਆਂ ਦੇ? ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ। ਅਤੇ ਬਹੁਤ ਸਾਰੀਆਂ ਗੱਡੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ, ਇਕੱਲੀ ਇਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ, ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ। ਜਿਨ੍ਹਾਂ ਵਿੱਚੋਂ ਪਹਿਲੀ ਗੱਡੀ ਆਪਣੇ ਕੋਲ ਹੋਂਡਾ ਦੀ ਸਿਟੀ ਪਹੁੰਚੀ ਹੈ। ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ, ਤੁਸੀਂ ਆਪ ਹੀ ਦੇਖ ਲਓ। ਗੱਡੀ ਦਾ ਮਾਡਲ ਆ 2007 ਅਤੇ 2027 ਤੱਕ ਇਹਦੀ ਪਾਸਿੰਗ ਰਨਿਊ ਮਾਲਕ ਨੇ ਕਰਵਾਈ ਹੋਈ ਹੈ। ਗੱਡੀ ਬਹੁਤ ਵਧੀਆ। ਜੇ ਆਪਾਂ ਅੰਦਰੋਂ ਗੱਲ ਕਰੀਏ, ਸੀਟ ਕਵਰ ਮੈਟਿੰਗ ਸਾਰਾ ਕੁਝ ਚੜਿਆ ਹੋਇਆ। 1,30,000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਆ। ਬਠਿੰਡਾ ਮਾਲਕ ਦਾ ਏਰੀਆ, 90-95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ, ਗੱਡੀ 'ਚ ਕੋਈ ਕਮੀ ਨਹੀਂ। ਅਤੇ ਨੰਬਰ ਮਾਲਕ ਦਾ 99-687-84-609। ਇਸ ਨੰਬਰ 'ਤੇ ਗੱਲ ਤੁਸੀਂ ਆਪੇ ਕਰ ਲਿਓ ਜੀ। ਮਾਲਕ ਦਾ ਨੰਬਰ ਤਾਂ ਤੁਹਾਨੂੰ ਮਿਲ ਗਿਆ, ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਓ। ਉੱਪਰ ਹਮੇਸ਼ਾ ਵਾਰ ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ, 7840-38-764। ਜੇ ਤੁਹਾਡੇ ਕੋਲ ਕੋਈ ਮਸ਼ੀਨਰੀ ਵੇਚਣ ਵਾਸਤੇ ਹੈ, ਕੋਈ ਗੱਡੀ ਹੈ, ਮੋਟਰਸਾਈਕਲ ਹੈ, ਕੋਠੀ ਹੈ, ਘਰ ਹੈ, ਮਕਾਨ ਹੈ, ਬੁਲਟ ਹੈ, ਕੁਛ ਵੀ ਹੈ ਜੀ, ਆਪਣੇ ਕੋਲ ਭੇਜ ਕੇ ਫਰੀ ਦੇ ਵਿੱਚ ਐਡ ਕਰਵਾ ਸਕਦੇ ਹੋ। ਆਪਣਾ ਕੋਈ ਕਮਿਸ਼ਨ ਖਰਚਾ ਦਲਾਲੀ ਕੁਛ ਨਹੀਂ ਆਪਣਾ ਵਿੱਚ ਵਿਚਾਲੇ ਹੁੰਦਾ ਜੀ। ਅਤੇ ਹੁਣ ਆਪਾਂ ਸੈਕਿੰਡ ਗੱਡੀ ਦੀ ਗੱਲ ਕਰਦੇ ਹਾਂ। ਆਪਣੇ ਕੋਲ ਸਕੋਰਪੀਓ ਮਾਲਕ ਨੇ ਭੇਜੀ ਹੈ ਸੇਲ ਵਾਸਤੇ, 2011 ਮਾਡਲ ਗੱਡੀ ਹੈ। ਅਤੇ 3.5 ਲੱਖ ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ। ਬਾਘਾ ਪੁਰਾਣਾ ਮਾਲਕ ਦਾ ਏਰੀਆ, 70-75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ। 1,52,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ। ਗੱਡੀ ਬਹੁਤ ਵਧੀਆ ਸਾਫ ਕੰਡੀਸ਼ਨ ਦੀ ਹੈ, ਕੋਈ ਚੱਕਰ ਵਾਲੀ ਗੱਲ ਨਹੀਂ। ਕਿਸੇ ਮੇਰੇ ਭਰਾ ਨੂੰ, ਮੇਰੇ ਵੱਡੇ ਬਜ਼ੁਰਗ ਨੂੰ ਪਸੰਦ ਆਵੇ, ਇਹਨਾਂ ਦੇ ਏਰੀਆ 'ਚ ਇਹਨਾਂ ਦੇ ਘਰ ਜਾ ਕੇ ਦੇਖ ਸਕਦੇ ਹੋ। ਬਾਘੇ ਪੁਰਾਣੀ ਮਾਲਕ ਦੇ ਘਰ ਗੱਡੀ ਤੁਹਾਨੂੰ ਮਿਲ ਜਾਊਗੀ। ਬਾਕੀ ਚੱਲੀ ਵਧੀਆ, ਚਲਾਈ ਵਧੀਆ, 3.5 ਲੱਖ ਰੁਪਈਆ ਡਿਮਾਂਡ ਹੈ। ਅਤੇ ਮੈਟਿੰਗ ਮੂਟਿੰਗ ਵਧੀਆ ਹੋਈ ਹੈ, ਅੰਦਰੋਂ ਵੀ ਇਹਨਾਂ ਨੇ ਫੋਟੋਆਂ ਬਹੁਤ ਵਧੀਆ ਖਿੱਚ ਕੇ ਭੇਜੀਆਂ। ਨੰਬਰ 98-100-54-94-845। ਤੀਸਰੀ ਤੁਸੀਂ ਦੇਖੋ ਆਪਣੇ ਕੋਲ ਸਵਿਫਟ ਡਿਜ਼ਾਇਰ ਗੱਡੀ ਪਹੁੰਚੀ ਆ, BXI। ਮਾਲਕ ਨੇ CNG 'ਤੇ ਕਰਵਾਈ ਹੋਈ ਹੈ, CNG ਲੱਗੀ ਹੋਈ ਹੈ। ਅਤੇ ਪੰਜਾਬ ਨੰਬਰ ਹੈ, ਗੱਡੀ ਸਿਲਵਰ ਰੰਗ 'ਚ ਹੈ, ਗੱਡੀ ਕੋਈ ਐਕਸੀਡੈਂਟਡ ਨਹੀਂ, ਵਧੀਆ ਗੱਡੀ ਹੈ। 1,65,000 ਰੁਪਇਆ ਡਿਮਾਂਡ ਹੈ। ਗੱਡੀ 1 ਨੰਬਰ, ਬਾਘਾ ਪੁਰਾਣਾ ਮਾਲਕ ਦਾ ਏਰੀਆ, ਜਾ ਕੇ ਤੁਸੀਂ ਗੱਡੀ ਨੂੰ ਦੇਖਣਾ ਹੋਵੇ ਤਾਂ ਜਾ ਕੇ ਦੇਖ ਵੀ ਸਕਦੇ ਹੋ, ਚਲਾ ਕੇ ਕਿਸੇ ਨੇ ਦੇਖਣਾ ਹੋਵੇ ਚਲਾ ਕੇ ਦੇਖ ਸਕਦੇ ਹੋ, ਕਿ ਮਰਜ਼ੀ ਟਰਾਈ ਲੈ ਲਿਓ ਮਾਲਕ ਨੇ ਆਖਿਆ। ਅਤੇ ਮਾਲਕ ਕਹਿੰਦੇ ਆ ਫੁੱਲ ਗਰੰਟੀ ਹੈ ਹਰ ਪਾਸੋਂ, ਹਰ ਚੀਜ਼ ਦੀ। 1.65 ਮੰਗ ਹੈ, ਇੱਕ ਵਾਰੀ ਲੈੱਸ ਵੈੱਸ ਹੋ ਜੂਗਾ। ਅਤੇ ਟਾਇਰ ਆਪਾਂ ਨੂੰ ਮਿਲ ਜਾਣਗੇ, 2 ਤਾਂ ਪਿਛਲੇ 60-65, ਮੂਹਰਲੇ ਬਿਲਕੁਲ ਨਵੇਂ ਨੇ ਜੀ। 1.65 ਡਿਮਾਂਡ ਹੈ। ਅਤੇ ਮਾਲਕ ਕਹਿੰਦੇ ਆ ਵੀ ਪੈਸਿਆਂ ਦੀ ਲੋਡ ਕਰਕੇ ਗੱਡੀ ਸੇਲ ਕਰਨੀ ਹੈ, ਬਾਕੀ ਕੋਈ ਹੋਰ ਗੱਲ ਹੈ ਨਹੀਂ ਗੀ। ਅਤੇ ਨੰਬਰ ਸਕਰੀਨ 'ਤੇ ਆਪਾਂ ਮਾਲਕ ਦਾ ਦੇ ਰੱਖਿਆ ਜੀ, 96-461-0-51-71। ਅਗਲੀ ਗੱਡੀ ਆਪਾਂ ਜੰਨਤ ਵਾਲੇ ਖਾਤਰ ਲੈ ਕੇ ਪਹੁੰਚਿਆ। ਤੁਸੀਂ ਦੇਖੋ ਪੂਰੀ ਮੋਡੀਫਾਈ ਕਰਵਾਈ ਹੋਈ ਹੈ, ਟਾਇਰ ਅਤੇ ਅਲਾਈ ਦੇਖੋ 15-inch ਮਾਲਕ ਨੇ ਪਵਾਏ ਹੋਏ ਨੇ। 90-95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ। ਰਾਜਪੁਰੇ ਮਾਲਕ ਦੇ ਘਰ, ਮਾਲਕ ਦੇ ਏਰੀਆ 'ਚ ਗੱਡੀ ਖੜ੍ਹੀ ਹੈ। ਅਤੇ 67,000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ। ਗੱਡੀ ਬਹੁਤ ਵਧੀਆ, ਚਲਾਉਣ ਦੇ ਵਿੱਚ ਬਹੁਤ ਵਧੀਆ ਜੀ। ਬਾਕੀ ਕਿਸੇ ਮੇਰੇ ਭਰਾ ਨੂੰ, ਮੇਰੇ ਵੱਡੇ ਬਜ਼ੁਰਗ ਨੂੰ, ਕਿਸੇ ਨੂੰ ਵੀ ਪਸੰਦ ਆਵੇ ਗੱਡੀ, ਜਾ ਕੇ ਦੇਖ ਲਿਓ, ਚਲਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖ ਲਿਓ, ਕਿਵੇਂ ਮਰਜ਼ੀ ਚੈੱਕ ਕਰ ਲਿਓ। ਮਾਲਕ ਕਹਿੰਦੇ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਰੰਟੀ ਹੈ, ਵਧੀਆ ਗੱਡੀ ਹੈ, ਨੋਨ ਐਕਸੀਡੈਂਟ ਹੈ। ਬਾਕੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ, ਤੁਸੀਂ ਦੇਖ ਲਓ, ਵਧੀਆ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ। ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਬਹੁਤ ਵਧੀਆ, ਮੈਟਿੰਗ ਬਹੁਤ ਵਧੀਆ ਹੋਈ ਹੈ, ਏਸੀ ਹੀਟਰ ਤੱਕ ਵਰਕਿੰਗ 'ਚ ਹੈ, ਅਤੇ ਸਾਰਾ ਕੁਝ ਵਧੀਆ। ਬਾਕੀ ਇਕੱਲੀ ਇਕੱਲੀ ਇਹਨਾਂ ਨੇ ਗੱਲ ਦੱਸੀ ਹੈ, ਇਕੱਲੀ ਇਕੱਲੀ ਫੋਟੋ ਇਹਨਾਂ ਨੇ ਖਿੱਚ ਕੇ ਭੇਜੀ ਹੈ ਅੰਦਰ ਬਾਹਰ ਦੀ। ਅਤੇ ਨੰਬਰ ਆਪਾਂ ਮਾਲਕ ਦਾ ਸਕਰੀਨ 'ਤੇ ਦੇ ਵੀ ਰੱਖਿਆ ਜੀ, ਤੁਸੀਂ ਸਾਰੇ ਜਣੇ ਨੋਟ ਕਰ ਸਕਦੇ ਹੋ। 88
470 24470 ਇਸ ਨੰਬਰ 'ਤੇ ਗੱਲ ਕਰ ਲਿਓ ਜੀ। ਜਿੰਨ ਗੱਡੀ ਤਾਂ ਤੁਸੀਂ ਦੇਖ ਲਈ, ਬਾਕੀ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਖੜੀਆਂ ਨੇ, ਉਹਨਾਂ ਦੀ ਵੀ ਆਪਾਂ ਗੱਲ ਕਰਦੇ ਹਾਂ। ਅਲੱਗ ਅਲੱਗ ਏਰੀਆ 'ਚੋਂ ਹੋ ਸਕਦਾ ਤੁਹਾਡੇ ਪਿੰਡ ਸ਼ਹਿਰ 'ਚ ਹੀ ਖੜੀ ਹੋਵੇ, ਉਹ ਗੱਲ ਵੱਖਰੀ ਗੱਲ ਹੈ ਜੀ, ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗ ਜੂਗਾ। ਜਿੰਨੇ ਤੁਸੀਂ ਦੇਖ ਰਹੋ ਤਾਂ ਪਹਿਲਾਂ ਮੈਨੂੰ ਇੱਦਾਂ ਦੱਸੋ ਜੀ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ। ਜੇ ਤੁਹਾਨੂੰ ਵਧੀਆ ਲੱਗੀ ਹੈ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ, ਸਾਰੇ ਜਣੇ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਦੱਸਿਓ ਮੈਨੂੰ, ਠੀਕ ਹੈ ਜੀ। ਅਤੇ ਵਧੀਆ ਲੱਗੀ ਹੈ ਤਾਂ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਕਮੈਂਟ ਵੀ ਕਰ ਸਕਦੇ ਹੋ ਅਤੇ ਕਿਹੜੀ ਗੱਡੀ ਤੁਹਾਨੂੰ ਸਭ ਤੋਂ ਵਧੀਆ ਲੱਗੀ ਹੈ, ਰੇਟ ਠੀਕ ਕਿਹੜੀ ਗੱਡੀ ਦਾ ਲੱਗਿਆ, ਵੱਧ ਰੇਟ ਕਿਹੜੀ ਗੱਡੀ ਦਾ ਆਇਆ, ਤੁਸੀਂ ਕਮੈਂਟ ਕਰਕੇ ਮੈਨੂੰ ਦੱਸਿਆ ਜ਼ਰੂਰ ਕਰੋ ਜੀ ਤੁਹਾਡੇ ਏਰੀਆ 'ਚ ਕਿਹੜੀ ਗੱਡੀ ਦਾ ਕਿੰਨਾ ਕੁ ਰੇਟ ਚੱਲ ਰਿਹਾ ਜੀ। ਬਾਕੀ ਆਪਾਂ ਗੱਲ ਕਰਾਂਗੇ ਅਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਓ, ਉੱਪਰ ਹਮੇਸ਼ਾ ਜਿਹੜਾ ਚੱਲਦਾ ਰਹਿੰਦਾ ਜੀ, ਨੰਬਰ ਆਪਣਾ 78140 38764। ਕਿਸੇ ਵੀ ਏਰੀਆ 'ਚੋਂ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਕਰਵਾਉਣੀ ਹੈ, ਆਪਣੇ ਕੋਲ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ, 5 ਤੋਂ 7 ਫੋਟੋਆਂ ਜੀ, ਆਪਾਂ ਫਰੀ ਦੇ ਵਿੱਚ ਐਡ ਕਰਾਂਗੇ, ਕੋਈ ਆਪਾਂ ਕਮਿਸ਼ਨ ਕੋਈ ਖਰਚਾ ਵਰਚਾ ਕਿਸੇ ਤੋਂ ਕਿਸੇ ਵੀ ਤਰ੍ਹਾਂ ਦਾ ਕੁਛ ਆਪਾਂ ਨਹੀਂ ਲੈਂਦੇ ਜੀ, ਬਿਲਕੁਲ ਫਰੀ 'ਚ ਆਪਣਾ ਸਾਰਾ ਕੰਮ ਹੈਗਾ। ਅਤੇ ਵੀਡੀਓ ਵਧੀਆ ਲੱਗਿਆ ਤਾਂ ਦੱਸਿਓ ਜ਼ਰੂਰ, ਅਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ, ਨਵੀਆਂ ਮਸ਼ੀਨਰੀਆਂ, ਕੋਠੀ ਮਕਾਨ ਘਰ ਦੇਖਣਾ ਚਾਹੁੰਦੇ ਹੋ ਤੁਸੀਂ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਾ ਕਰੋ, ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ। ਆਪਾਂ ਮਸ਼ੀਨਰੀਆਂ ਹਰ ਰੋਜ਼ ਲੈ ਕੇ ਪਹੁੰਚਦੇ ਰਹਿੰਦੇ ਹਾਂ, ਅਤੇ ਜਿੰਨੇ ਤੁਸੀਂ ਆਏ ਹੋ ਜੀ ਪਹਿਲੀ ਵਾਰ, ਚਾਹੇ ਪਹਿਲਾਂ ਤੋਂ ਵੀ ਜੁੜੇ ਹੋਏ ਹੋ ਪਰ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਸਾਰੇ ਮਾਰ ਦਿਓ ਜੀ। ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲ ਵੈਗਨਾਰ ਗੱਡੀ ਮਾਲਕ ਨੇ ਭੇਜੀ ਹੈ, ਗੱਡੀ ਦਾ ਜਿਹੜਾ ਮਾਡਲ ਹੈ 2006 ਹੈ, 2026 ਤੱਕ ਮਾਲਕ ਨੇ ਪਾਸਿੰਗ ਅਰਨਿਊ ਕਰਵਾਈ ਹੋਈ ਹੈ ਅਤੇ 82,000 ਰੁਪਇਆ ਇਸ ਗੱਡੀ ਦੀ ਕੀਮਤ ਹੈ, ਅਤੇ ਗੱਡੀ ਖੜੀ ਹੈ ਜਲੰਧਰ ਏਰੀਏ 'ਚ ਨਵੇਂ ਟਾਇਰਾਂ 'ਚ, ਗੱਡੀ ਬਹੁਤ ਵਧੀਆ ਚਲਾਉਣ 'ਚ ਬਹੁਤ ਵਧੀਆ, ਬਾਕੀ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ, ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ, 82,000 ਰੁਪਇਆ ਡਿਮਾਂਡ ਹੈ ਜੀ ਨਵੇਂ ਟਾਇਰਾਂ 'ਚ। ਬਾਕੀ ਵੈਗਨਰ ਗੱਡੀ ਹੈ ਤੁਹਾਡੇ ਸਾਹਮਣੇ ਹੈ, ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ, ਅਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਆਪ ਨੇ ਗੱਡੀ ਦੇ, ਉਹਨਾਂ ਦਾ ਨੰਬਰ 81988 5970, ਇਸੇ ਨੰਬਰ 'ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ। ਅਤੇ ਹੁਣ ਆਪਾਂ ਇੱਕ ਸਵਿਫਟ LDI ਗੱਡੀ ਲੈ ਕੇ ਪਹੁੰਚੇ, ਡਿਜ਼ਾਇਰ ਗੱਡੀ ਹੈ, ਜਿਹੜਾ ਗੱਡੀ ਦਾ ਮਾਡਲ ਹੈ ਉਹ ਹੈ ਜੀ 2019, ਫਾਸਟ ਓਨਰ ਗੱਡੀ ਆ, ਹਾਂ ਫਾਸਟ ਓਨਰ ਹੈ, 5,65,000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ, ਮਾਲਕ ਦਾ ਏਰੀਆ ਕਪੂਰਥਲਾ, ਨਵੇਂ ਟਾਇਰਾਂ 'ਚ ਗੱਡੀ ਆ, ਗੱਡੀ ਬਹੁਤ ਵਧੀਆ ਜੀ ਅਤੇ ਚੱਲੀ ਬਹੁਤ ਘੱਟ ਹੋਈ ਆ, ਮਾਲਕ ਨੇ ਸਾਰਾ ਕੁਝ ਦੱਸਿਆ, ਸਾਰੀ ਗੱਲ ਮੇਰੀ ਮਾਲਕ ਨਾਲ ਹੋਈ ਅਤੇ ਮਾਲਕ ਨੇ ਦੱਸਿਆ ਵੀ ਚੱਲੀ ਕੁਝ ਵੀ ਨਹੀਂ ਹੈਗੀ, 5-65 ਡਿਮਾਂਡ ਆ, ਲੈਸ ਵੈਸ ਹੋਜੂਗਾ, ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ, ਜਾ ਕੇ ਦੇਖਣੀ ਹੋਵੇ ਕਿਸੇ ਨੇ ਜਾ ਕੇ ਦੇਖ ਸਕਦੇ ਹੋ। ਬਾਕੀ ਜਿਨ੍ਹਾਂ ਦੀ ਗੱਡੀ ਆ ਡਿਜ਼ਾਇਰ, ਉਹਨਾਂ ਦਾ ਨੰਬਰ ਆਪਾਂ ਸਕਰੀਨ 'ਤੇ ਦੇ ਵੀ ਰੱਖਿਆ ਜੀ, 87,268,965। ਹੁਣ ਤੁਸੀਂ ਦੇਖੋ ਜੀ ਅਲਟੋ ਗੱਡੀ 2005 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੀ ਹਾਂ, ਅਲਟੋ ਆ, ਕੰਡੀਸ਼ਨ ਆਲ ਓਕੇ ਆ, ਹਰਿਆਣਾ ਨੰਬਰ ਹੈ, ਅਤੇ ਮਾਲਕ ਨੇ ਕਿਹਾ ਰੇਟ ਇਹਦਾ 65,000 ਰੁਪਇਆ ਸੀ, ਗੱਡੀ ਖੜੀ ਬਰਨਾਲੇ ਏਰੀਏ 'ਚ, 65 ਕੁ ਪੈਸੇ ਟਾਇਰਾਂ ਦੀ ਕੰਡੀਸ਼ਨ ਹੈ, ਕੋਈ ਨੁਕਸ ਨਹੀਂ ਗੱਡੀ 'ਚ, ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟਡ ਨਹੀਂ, ਚਲਾ ਕੇ ਦੇਖਣੀ ਵੀ ਕਿਸੇ ਨੇ ਚਲਾ ਕੇ ਦੇਖ ਸਕਦੇ ਹੋ, ਵਧੀਆ ਗੱਡੀ ਹੈ, ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਹੈ, ਘਰ ਦੀ ਗੱਡੀ ਹੈ, ਪਰਸਨਲ ਚੱਲੀ ਹੋਈ ਹੈ, ਅਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ 'ਤੇ ਦੇ ਵੀ ਰੱਖਿਆ ਸੀ, ਨੰਬਰ 62,396,04,70, ਇਸੇ ਨੰਬਰ 'ਤੇ ਗੱਲ ਤੁਸੀਂ ਆਪੇ ਕਰ ਲਿਓ ਜੀ।
ਅਤੇ ਗੱਲ ਹੋ ਗਈ ਪੂਰੀ ਮਸ਼ੀਨਰੀਆਂ ਦੀ। ਅਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ, ਪਸੰਦ ਆਈ ਹੈ, ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਾਰਾ ਕੁਛ ਕਰਦਿਆ ਕਰੋ ਜੀ, ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ। ਬਾਕੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸੋ, ਅਤੇ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਏ 'ਚ ਕਿਹੜੀ ਗੱਡੀ ਚਾਹੀਦੀ ਹੈ ਦੱਸੋ ਮੈਨੂੰ।